ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਕੀ ਹਾਲ ਅਕਾਲ ਚਾਲ ਜੀ। ਹੈ ਜੀ ਸਾਰਿਆਂ ਦੇ? ਮੈਂ ਰਣਜੀਤ ਸਿੰਘ, ਆਪਣਾ ਰਮਨ, ਅਤੇ ਜੀ ਅੱਜ ਅਸੀਂ ਚੱਲੇ ਹਾਂ ਜੀ ਗੁਰੂ ਘਰ, ਅਤੇ ਉਹ ਪੈਂਦਾ ਜੀ ਐਂਗਰੀ ਨੋਨ, ਅਤੇ ਗ੍ਰੀਨ ਲਾਈਨ 'ਤੇ ਲਾਸਟ ਸਟੇਸ਼ਨ ਹੈ ਜੀ, ਅਤੇ ਮੋਸਟਲੀ ਉਹ ਲਸਾਲ ਦੇ ਵਿੱਚ ਹੈਗਾ ਜੀ ਗੁਰੂ ਘਰ, ਅਤੇ ਅਸੀਂ ਹੁਣ ਉੱਥੇ ਚੱਲੇ ਹਾਂ ਜੀ, ਅਤੇ ਕਾਫੀ ਦਿਨ ਹੋ ਗਿਆ ਜੀ ਅਸੀਂ ਗਏ ਨਹੀਂ ਹੈਗੇ, ਸਾਨੂੰ ਟਾਈਮ ਨਹੀਂ ਲੱਗਿਆ, ਲੇਕਿਨ ਜਾਣਾ ਚਾਹੀਦਾ ਜੀ ਗੁਰੂ ਘਰ, ਇੱਕ ਪੋਜ਼ੀਟਿਵ ਵਾਈਬਸ ਆਉਂਦੀਆਂ ਜੀ, ਜ਼ਰੂਰੀ ਹੈ ਅਤੇ ਜੀ। ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ ਜੀ, ਪੇਰੈਂਟਸ ਤੋਂ, ਮਤਲਬ ਪੇਰੈਂਟਸ ਤੋਂ ਇੰਨੀ ਦੂਰ ਤੁਹਾਨੂੰ ਇੱਕ ਜਗ੍ਹਾ ਹੀ ਪੋਜ਼ਿਟਿਵਿਟੀ ਮਿਲ ਸਕਦੀ ਹੈ, ਉਹ ਹੈਗਾ ਜੀ ਗੁਰੂ ਘਰ, ਅਤੇ ਕਿਸੇ ਵੀ ਮੰਦਿਰ ਜਾਂ ਮਸਜਿਦ ਕਿਤੇ ਵੀ ਜਾ ਸਕਦੇ ਹੋ ਜਿਹੜਾ ਤੁਹਾਡਾ ਰਿਲੀਜਨ ਹੈਗਾ। ਬਾਏ ਦ ਵੇ ਅਸੀਂ ਸਾਰੇ ਇੰਡੀਅਨ ਹੈ, ਅਤੇ ਤੁਸੀਂ ਉੱਥੇ ਜਾਓ ਜੀ, ਅਤੇ ਆਪਣਾ ਲੰਗਰ ਵੀ ਉੱਥੇ ਤੁਹਾਨੂੰ ਮਿਲੇਗਾ ਜੀ, ਸਭ ਤੋਂ ਵੱਡੀ ਚੀਜ਼ ਹੈ ਜੀ ਭੁੱਖ, ਉਹ ਭੁੱਖ ਉੱਥੇ ਮਿਟ ਜਾਂਦੀ ਹੈ ਜੀ ਅਗਰ ਤੁਸੀਂ ਕੋਈ ਵੀ ਜਾਓ ਜੀ, ਅਤੇ ਬਹੁਤ ਵੱਡੀ ਚੀਜ਼ ਹੈ ਜੀ ਜੇ ਤੁਹਾਨੂੰ ਉੱਥੇ ਲੰਗਰ ਮਿਲਦਾ, ਤੁਸੀਂ ਖਾਓ ਮੱਥਾ ਟੇਕੋ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਜੀ ਉੱਥੇ ਕਿ ਤੁਸੀਂ ਕਿਸੇ ਵੀ ਧਰਮ ਦੇ ਹੋ, ਕੋਈ ਦਿੱਕਤ ਨਹੀਂ ਹੈਗੀ, ਤੁਸੀਂ ਜਾਓ ਆਪਣਾ ਟਾਈਮ ਉੱਥੇ ਸਪੈਂਡ ਕਰੋ, ਇੱਕ ਪੋਜ਼ਿਟਿਵ ਵਾਈਬ ਆਉਂਦੀ ਹੈ ਹਰ ਚੀਜ਼ ਨੂੰ ਤੁਸੀਂ ਕਰੋਗੇ। ਅਤੇ ਬਾਕੀ ਬਾਏ ਦਾ ਵੇ ਇੱਥੇ 5 ਗੁਰਦੁਆਰੇ ਨੇ ਮੋਂਟਰੀਅਲ 'ਚ, ਜੋ ਕਿ ਅਲੱਗ ਅਲੱਗ ਲੋਕੇਸ਼ਨ 'ਤੇ ਹੈਗੇ ਨੇ, ਅਤੇ ਬਾਕੀ 4-5 ਮੰਦਿਰ ਨੇ ਜਿਹਦੇ 'ਤੇ ਅਸੀਂ ਵੀ ਵਿਜਿਟ ਗਏ ਹਾਂ ਵੈਸੇ ਕਾਫੀ ਦੇ। ਬਾਕੀ ਮਸਜਿਦ ਆ ਵੀ ਇਹਦੇ 'ਚ ਸੁਣਿਆ ਮੈਂ, 2-3 ਮਸਜਿਦ ਹੈਗੀ, ਇੱਕ ਤਾਂ ਸਾਡੇ ਘਰ ਦੇ ਨਜ਼ਦੀਕ ਹੈਗੀ ਇੱਧਰ ਫਰੰਟਨੈਕ ਦੇ ਨਜ਼ਦੀਕ, ਅਤੇ ਬਾਕੀ ਹੋਰ ਤੁਹਾਨੂੰ ਡਿਟੇਲ ਵੀਡੀਓ 'ਤੇ ਦੇ ਦਾਂਗੇ ਜੇ ਤੁਹਾਨੂੰ ਲੋੜ ਹੈ। ਬਾਕੀ ਜਾਣਾ ਚਾਹੀਦਾ ਜੀ, ਬਾਕੀ ਠੰਡ ਬਹੁਤ ਜ਼ਿਆਦਾ ਅੱਜ, ਅੱਜ ਕਾਫੀ ਠੰਡ ਹੋ ਚੁੱਕੀ ਹੈ, -19 ਹੋ ਗਿਆ, ਅਤੇ ਫੀਲਸ ਲਾਈਕ -26 ਹੈ, ਅਤੇ ਬਸ ਹੁਣ ਅਸੀਂ ਜੈਕਟ ਪਾ ਕੇ ਨਿਕਲਣ ਲੱਗੇ ਹਾਂ ਜੀ, ਅਤੇ ਤੁਹਾਨੂੰ ਦਿਖਾਉਂਦੇ ਹਾਂ ਬਾਹਰ ਦਾ ਮਾਹੌਲ ਕੀ ਹੈ, ਅਤੇ ਕਿਵੇਂ ਚੱਲ ਰਿਹਾ ਸਭ ਕੁਛ, ਅਤੇ ਆਪਣੀ ਕੁਐਰੀਜ਼ ਕੋਈ ਵੀ ਹੈਗਾ ਜੀ, ਕੁਛ ਵੀ ਮਤਲਬ ਪੁੱਛਣਾ ਹੈ ਤੁਸੀਂ ਕਮੈਂਟ ਕਰ ਸਕਦੇ ਹੋ, ਜਾਂ ਫਿਰ ਇੰਸਟਾਗ੍ਰਾਮ ਮੇਰੀ ਅਤੇ ਰਮਨ ਦੀ ਡਿਸਕ੍ਰਿਪਸ਼ਨ 'ਚ ਹੋਏਗੀ, ਮੈਂ ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਸਾਨੂੰ ਮੈਸੇਜ ਕਰੋ, ਅਸੀਂ ਜ਼ਰੂਰ ਤੁਹਾਨੂੰ ਰਿਪਲਾਈ ਕਰਾਂਗੇ, ਅਤੇ ਜਿਸ ਚੀਜ਼ 'ਤੇ ਸਾਡੀ ਵੀਡੀਓ ਨਹੀਂ ਆਏਗੀ ਉਹ ਤੁਹਾਨੂੰ ਨੋਰਮਲੀ ਅਸੀਂ ਮੈਸੇਜ 'ਚ ਦੱਸ ਸਕਦੇ ਹਾਂ ਜੀ, ਉਸ ਚੀਜ਼ ਬਾਰੇ ਉਸ ਪੂਰੀ ਡਿਟੇਲ ਤੁਹਾਨੂੰ ਦੇ ਦਾਂਗੇ, ਕੋਈ ਵੀ ਡਿਟੇਲ ਚਾਹੀਦੀ ਕੋਈ ਵੀ ਕਾਲਜ ਬਾਰੇ ਕਿਸੇ ਵੀ ਚੀਜ਼ ਬਾਰੇ ਤਾਂ ਤੁਸੀਂ ਪੁੱਛ ਸਕਦੇ ਹੋ, ਅਤੇ ਮੋਸਟ ਵੈਲਕਮ ਹੈ ਜੀ ਜਿਹੜੇ ਆ ਰਹੇ ਹੈ ਭੈਣ ਭਰਾ, ਮੋਸਟ ਵੈਲਕਮ ਹੈ ਕੈਨੇਡਾ 'ਚ ਮੋਂਟਰੀਅਲ 'ਚ, ਅਤੇ ਕੋਈ ਵੀ ਲੋੜ ਹੋਈ ਜੀ ਸਾਨੂੰ ਦੱਸਿਓ ਪਲੀਜ਼, ਅਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਤੁਹਾਡੀ ਹੈਲਪ ਕਰੀਏ। ਅਤੇ ਅੱਜ ਸਟਾਰਟ ਕੀਤਾ ਜੀ ਅਸੀਂ ਨਿਊ ਚੈਨਲ, ਅਤੇ ਸਾਡਾ ਮੇਨ ਪਰਪਸ ਇਹ ਹੈ ਜੀ ਮੋਂਟਰੀਅਲ ਲਾਈਫ ਨੂੰ ਦਿਖਾਉਣਾ, ਅਤੇ ਅਸੀਂ ਕਿੱਦਾਂ ਇੱਥੇ ਮਤਲਬ ਲਾਈਫ ਆਪਣੀ ਚਲਾਉਂਦੇ ਹਾਂ, ਅਤੇ ਮੋਸਟਲੀ ਤੁਹਾਨੂੰ ਕੰਮ ਇੱਥੇ ਕੋਈ ਨਹੀਂ ਦਿਖਾਏਗਾ, ਲੇਕਿਨ ਮੈਂ ਕੋਸ਼ਿਸ਼ ਕਰੂੰਗਾ ਆਪਣਾ ਕੰਮ ਤੁਹਾਨੂੰ ਦਿਖਾਵਾਂ ਕਿਵੇਂ ਅਸੀਂ ਉੱਥੇ ਕਰਦੇ ਹਾਂ, ਅਤੇ ਕੰਮ ਵੀ ਜ਼ਰੂਰੀ ਹੈ ਜੀ ਦਿਖਾਉਣਾ, ਹਰ ਟਾਈਮ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਨਹੀਂ ਦਿਖਾ ਸਕਦੇ, ਉਹ ਵੀ ਵਧੀਆ ਚੀਜ਼ ਹੈ, ਲੇਕਿਨ ਉਹ ਸ਼ੋਅ ਕਰਨਾ ਬਹੁਤ ਜ਼ਰੂਰੀ ਹੈ। ਮਤਲਬ ਇੱਥੇ ਵਰਕਿੰਗ ਇਨਵਾਇਰਮੈਂਟ ਬਹੁਤ ਵਧੀਆ, ਪਤਾ ਲੱਗ ਜਾਏਗਾ ਤੁਹਾਨੂੰ ਨੈਕਸਟ ਵੀਡੀਓਜ਼ 'ਚ। ਹਾਂਜੀ, ਵਰਕਿੰਗ ਇਨਵਾਇਰਮੈਂਟ ਵਧੀਆ ਜੀ ਇੱਥੇ, ਸਾਰੇ ਵਧੀਆ ਨੇ, ਇੰਡੀਆ ਵਾਲਾ ਨਹੀਂ ਹੈ ਵੀ ਟਾਰਗੇਟ ਮਿਲ ਰਿਹਾ ਤੁਹਾਨੂੰ। ਹਾਂਜੀ, ਤੁਸੀਂ ਆਪਣੇ ਵਧੀਆ ਤਰੀਕੇ ਨਾਲ ਕੰਮ ਕਰੋ, ਆਪਣਾ ਬੈਸਟ ਦਿਓ, ਜਿੰਨਾ ਆਪਣਾ ਬੈਸਟ ਦਿਓਗੇ ਉਨਾ ਤੁਹਾਨੂੰ ਇੱਥੇ ਪੇ ਬੈਕ ਮਿਲੇਗਾ ਕਿ ਹਾਂ ਤੁਸੀਂ ਵਧੀਆ ਕਰ ਰਹੇ ਹੋ, ਤੁਹਾਨੂੰ ਹਰ ਟਾਈਮ 'ਤੇ ਕੰਪਲੀਮੈਂਟਸ ਮਿਲਣਗੇ ਅਗਰ ਵਧੀਆ ਕਰੋਗੇ, ਅਤੇ ਬਸ ਆਪਣਾ ਹਾਰਡ ਵਰਕ ਕਰਦੇ ਰਹੋ ਜੀ ਲਾਈਫ 'ਚ। ਬਾਕੀ ਆਇਓ ਮੋਂਟਰੀਅਲ 'ਚ, ਨੇ ਆਉਣਾ, ਪੇ ਰੇਟ ਵੱਧ ਰਹੀ ਹੈ ਅਗਲੇ ਮਹੀਨੇ ਤੋਂ। ਹਾਂਜੀ, ਪੇ ਰੇਟ ਵੱਧ ਰਹੀ ਹੈ, ਅਤੇ ਮੋਸਟਲੀ 13 ਦੇ ਅਰਾਊਂਡ ਹੋ ਰਹੀ ਹੈ। ਹਾਂਜੀ, ਅਤੇ ਮੋਂਟਰੀਅਲ ਲਾਈਫ ਬਹੁਤ ਵਧੀਆ ਜੀ, ਅਸੀਂ ਬਹੁਤ ਜ਼ਿਆਦਾ ਇੰਜੋਏ ਕਰਦੇ ਹਾਂ, ਉਹ ਆਪਣੇ ਆਪਣੇ ਹੁੰਦਾ ਹੈ ਜੀ, ਆਪਣੇ ਆਪਣੇ 'ਤੇ ਹੈਗਾ ਤੁਸੀਂ ਇੰਜੋਏ ਕਰਨਾ ਕਿ ਤੁਸੀਂ ਡੀਮੋਟੀਵੇਟ ਰਹਿਣਾ, ਸਾਡਾ ਹਮੇਸ਼ਾ ਮੋਟਿਵ ਰਿਹਾ ਆਪਣੇ ਆਪ ਨੂੰ ਮੋਟੀਵੇਟ ਰੱਖਣਾ ਅਤੇ ਹੋਰਾਂ ਨੂੰ ਮੋਟੀਵੇਟ ਕਰਨਾ, ਅਤੇ ਤੁਸੀਂ ਵੀ ਰਹੋ ਅਤੇ ਆਓ, ਜੇ ਤੁਸੀਂ ਇੱਥੇ ਹੈਗੇ ਹਾਂ ਤਾਂ ਮਿਲੋ ਸਾਨੂੰ ਜ਼ਰੂਰ, ਅਸੀਂ ਮਿਲਾਂਗੇ ਤੁਹਾਨੂੰ ਜ਼ਰੂਰ ਹੈ, ਅਤੇ ਬਾਕੀ ਤੁਹਾਨੂੰ ਮਿਲਦੇ ਹਾਂ ਜੀ ਗੁਰੂ ਘਰ ਪਹੁੰਚ ਕੇ, ਅਤੇ ਓਕੇ ਜੀ, ਸਤਿ ਸ਼੍ਰੀ ਅਕਾਲ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆ ਜੀ ਪਹੁੰਚ ਚੁੱਕੇ ਹਾਂ ਜੀ ਅਸੀਂ ਗੁਰੂ ਘਰ, ਅਤੇ ਬਹੁਤ ਜ਼ਿਆਦਾ ਠੰਡ ਹੈ ਜੀ, ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ। ਅਸੀਂ ਆਏ ਜੀ GNC, ਅਤੇ ਪ੍ਰੋਟੀਨ ਲੈਣ ਆਏ ਹਾਂ ਜੀ, ਅਤੇ ਵੱਡੇ ਭਰਾ ਨੂੰ ਆਪਾਂ ਦਵਾਉਣ ਆਏ ਜੀ, ਆ ਦੇਖੋ, ਅਤੇ ਸਾਰਿਆਂ ਨੂੰ, ਅਤੇ ਆਹ ਹੈਗੇ ਜੀ ਵੱਡੇ ਭਰਾ ਸੰਗਰੂਰ ਤੋਂ ਨੇ ਜੀ, ਇਹਨਾਂ ਕੋਲ ਆਏ ਸੀ ਮੈਂ ਸਭ ਤੋਂ ਪਹਿਲਾਂ, ਅਤੇ ਉਹ ਪਿੱਛੇ ਤੁਹਾਨੂੰ ਪਤਾ ਜੀ ਕੌਣ ਹੈ ਮੁੰਡਾ,
ਤੇ ਬਾਕੀ ਹੁਣ ਜੀ ਤੁਹਾਨੂੰ ਦਿਖਾਉਂਦੇ ਹਾਂ, ਸਮਾਨ ਲੈਣ ਆਏ ਸੀਗੇ ਥੋੜ੍ਹਾ ਪ੍ਰੋਟੀਨ ਅਤੇ ਬਾਕੀ ਚੀਜ਼ਾਂ। ਹੁਣ ਆਪਣੇ ਵੱਡੇ ਭਰਾ ਵੀ ਜਿੰਮ ਸਟਾਰਟ ਕਰਨ ਲੱਗੇ ਹਾਂ ਜੀ, ਇਹਨਾਂ ਨੂੰ ਕਰਾਂਗੇ ਹੁਣ ਟ੍ਰੇਨ ਭਾਅ ਜੀ ਨੂੰ ਵੀ। ਅਤੇ ਬਾਕੀ ਤੁਹਾਨੂੰ ਮਿਲਦੇ ਹਾਂ, ਤੁਹਾਨੂੰ ਦਿਖਾਉਂਦੇ ਜੀ ਅਸੀਂ ਕੀ ਲਿੱਤਾ ਅਤੇ ਆਪਣਾ ਸਟੋਕ ਦਿਖਾਉਂਦੇ ਹਾਂ ਇਸ ਵਾਰ ਦਾ ਕੀ ਹੈ। ਏਨ ਸੀ ਦੇ ਆਏ ਹਾਂ ਜੀ ਅਸੀਂ, ਅਤੇ ਇੱਥੇ ਮੋਸਟਲੀ 50% ਔਫ ਹੁੰਦਾ ਸੈਕਿੰਡ 'ਤੇ, ਅਤੇ ਅਸੀਂ ਲੈ ਲਿਆ ਜੀ ਸਮਾਨ। ਅਤੇ ਆਹ ਦੇਖੋ ਜੀ, ਆਹ ਅਸੀਂ ਲਿੱਤਾ ਨਾਈਟੋਟੈਕ, ਆਹ ਦੇਖ ਲਓ ਜੀ ਸਾਰੀ ਚੀਜ਼ਾਂ ਲੈ ਲਈਆਂ ਨੇ। ਅਤੇ ਚੱਕ ਕੇ ਦਿਖਾਈ ਜਰਾ, ਆਹ ਦੇਖੋ ਜੀ ਆਹ ਹੈਗਾ ਨਾਈਟੋਟੈਕ। ਬਾਕੀ ਜੀ ਅਸੀਂ ਲਿੱਤੇ ਜੀ ਸ਼ੇਕਰ ਅਤੇ ਪ੍ਰੀ ਵਰਕਆਊਟ, ਅਤੇ ਬਹੁਤ ਜ਼ਰੂਰੀ ਹੈ ਜੀ ਪ੍ਰੀ ਵਰਕਆਊਟ, ਸਾਨੂੰ ਐਕਸਰਸਾਈਜ਼ ਲਾਉਣ ਵੇਲੇ ਬਹੁਤ ਜ਼ਿਆਦਾ ਜ਼ਰੂਰੀ। ਹਾਂਜੀ ਜੀ, ਨਿਕਲ ਚੁੱਕੇ ਹਾਂ ਜੀ ਜੀ ਐਨ ਸੀ ਤੋਂ, ਅਤੇ ਭਾਅ ਜੀ ਨੇ ਚੱਕ ਲਿਆ ਆਪਣਾ ਸਮਾਨ ਸਾਰਾ ਜੀ, ਦੇਖ ਲਓ ਅੱਜ ਨਹੀਂ ਹਟਦੇ ਇਹ। ਅਤੇ ਬਾਕੀ ਹੁਣ ਦੇਖੋ ਕੀ ਬਣਦਾ, ਆਹ ਦੇਖੋ ਜੀ ਆਹ ਰਮਨ ਕੁਛ ਪੁੱਛਣ ਚੱਲਾ ਜੀ, ਆਹ ਦੇਖ ਲਓ ਕੀ ਹੈ। ਅਤੇ ਬ੍ਰੋ ਅਗਰ ਗਿਫਟ ਤੂੰ ਬਾਏ ਕਰਦਾ ਠੀਕ ਹੈ, ਅਤੇ ਉਹਦੇ 'ਤੇ ਤੈਨੂੰ ਮਤਲਬ ਮਿਲੂਗਾ, ਉਹ ਰੈਪ ਕਰਕੇ ਦੇਣਗੇ ਤੈਨੂੰ, ਮਤਲਬ ਫਾਊਂਡੇਸ਼ਨ ਵੱਲੋਂ ਉਹਨਾਂ ਨੇ ਲਗਾਇਆ ਕ੍ਰਿਸਮਸ ਲਈ। ਜੇ ਕਿਸੇ ਨੂੰ ਸਪੋਜ਼ ਤੂੰ ਗਿਫਟ ਦੇਣਾ ਮੈਨੂੰ, ਜੇ ਤਾਂ ਮੈਨੂੰ ਗਿਫਟ ਦੇਣਾ ਚਾਹੁੰਦਾ ਉਹਨਾਂ ਨੂੰ ਦੇਖ ਗਿਫਟ ਰੈਪ ਕਰਕੇ ਦੇਣਗੇ। ਓਕੇ ਇਹ ਗੱਲ ਹੈ ਜੀ, ਐਨ ਸੀ ਨਾ ਰੈਪ ਕਰਾ ਲਈਏ। ਹੁਣ ਜੀ ਅਸੀਂ ਚੱਲੇ ਹਾਂ ਡੀਕੈਥਲੋਨ, ਭਾਅ ਜੀ ਨੂੰ ਥੋੜ੍ਹਾ ਦਵਾ ਦਈਏ ਸਮਾਨ। ਆਪਾਂ ਇਹ ਹੁਣ ਥੋੜ੍ਹਾ ਫਿਟਨੈਸ ਵੱਲ ਜ਼ਿਆਦਾ ਹੋ ਰਿਹਾ, ਅਤੇ ਮੈਂ ਕਿਹਾ ਚਲੋ ਫਿਟਨੈਸ ਵਾਲੀ ਚੀਜ਼ਾਂ ਇਹਨਾਂ ਨੂੰ ਦਵਾ ਦਈਏ ਥੋੜ੍ਹੀ, ਅਤੇ ਮੋਟੀਵੇਟ ਰਹਿਣਗੇ ਭਾਅ ਜੀ, ਅਤੇ ਹੋਪਫੁਲੀ ਵਧੀਆ ਹੁਣ ਆਪਣੇ ਜਿੰਮ ਸਟਾਰਟ ਕਰਨ। ਅਤੇ ਬਾਕੀ ਆਪਾਂ ਚੱਲੇ ਡੀਕੈਥਲੋਨ ਜੀ, ਡੀਕੈਥਲੋਨ ਹੈਗਾ ਜੀ ਮੈਗਜ਼ੀਨ 'ਚ, ਅਤੇ ਕਾਫੀ ਵਧੀਆ ਸਟੱਫ ਮਿਲਦਾ ਜੀ ਉੱਥੇ ਆਪਣਾ ਸਪੋਰਟਸ ਦਾ, ਅਤੇ ਬਾਕੀ ਵਿੰਟਰ ਲਈ ਵੀ ਕਾਫੀ ਚੀਜ਼ਾਂ ਨੇ ਇੱਥੇ। ਹਾਂਜੀ ਜੀ, ਪਹੁੰਚ ਚੁੱਕੇ ਹਾਂ ਜੀ ਅਸੀਂ ਡੀਕੈਥਲੋਨ, ਅਤੇ ਹੋ ਗਏ ਜੀ ਆਪਣੀ ਸ਼ੋਪਿੰਗ ਜੀ ਡੀਕੈਥਲੋਨ ਤੋਂ। ਆਹ ਕਾਫੀ ਕੁਛ ਲੈ ਲਿਆ ਜੀ ਸਮਾਨ, ਅਤੇ $102 ਦਾ ਬਣਿਆ ਜੀ ਪੂਰਾ। ਅਤੇ ਬਾਕੀ ਹੁਣ ਚੱਲੇ ਹਾਂ ਜੀ, ਮੈਂ ਜਾਣਾ ਹੁਣ ਕਾਲਜ ਜੀ, ਕਾਲਜ ਜਾਣਾ ਭਾਅ ਜੀ ਪਿੱਛੇ ਆਪਣੀ ਸਾਈਡ, ਅਤੇ ਬਸ ਹੁਣ ਕਾਲਜ ਚੱਲਿਆ ਜੀ, ਥੋੜ੍ਹਾ ਕੰਮ ਹੈ ਮੈਨੂੰ, ਬਸ ਹਾਫ ਐਨ ਆਵਰ ਲੱਗਣਾ ਉੱਥੇ, ਅਤੇ ਅਸੀਂ ਜਾਣਾ ਸਿੱਧਾ ਘਰ ਭਾਅ ਜੀ ਨੂੰ ਲੈ ਕੇ, ਅਤੇ ਉਸ ਤੋਂ ਬਾਅਦ ਜਿੰਮ, ਅਤੇ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ। ਅਸੀਂ ਬਸ ਜੀ ਚੇਂਜ ਥੋੜ੍ਹਾ ਬਹੁਤਾ ਕੀਤਾ, ਅਤੇ ਕਰਕੇ ਹੁਣ ਜਿੰਮ ਜਾ ਰਹੇ ਹਾਂ ਜੀ ਅਸੀਂ। ਭਾਅ ਜੀ ਨੂੰ ਅਸੀਂ ਨਾਲੇ ਲਿਆ ਘਰ, ਭਾਅ ਜੀ ਨੂੰ ਅੱਜ ਜਿੰਮ ਲਵਾਉਣਾ, ਭਾਅ ਜੀ ਅੱਜ ਫੁੱਲ ਡੈਡੀਕੇਟਡ ਹੈ, ਕਹਿੰਦੇ ਜਿੰਮ ਲਾਉਣਾ ਹੀ ਲਾਉਣਾ ਅੱਜ। ਅਤੇ ਅਸੀਂ ਹੁਣ ਲਿੱਤੇ ਜੀ ਬਨਾਨਾਸ, ਬਿਕੋਜ਼ ਆਹ ਪ੍ਰੀ ਵਰਕਆਊਟ ਲਈ ਬਹੁਤ ਵਧੀਆ ਹੈ ਜੀ, ਅਤੇ ਹੁਣ ਖਾ ਕੇ ਥੋੜ੍ਹੀ ਬਹੁਤੀ ਐਨਰਜੀ ਆਏਗੀ, ਤਾਂ ਫਿਰ ਹੁਣ ਜਾਵਾਂਗੇ ਸਿੱਧਾ ਜਿੰਮ। ਆਲਮੋਸਟ ਪਹੁੰਚ ਚੁੱਕੇ ਹਾਂ, ਹਾਲਾਤ ਹੋਰ ਥੋੜ੍ਹੇ ਪੂਰੇ ਨੇ, ਸਨੋ ਬਹੁਤ ਜ਼ਿਆਦਾ ਪੈ ਚੁੱਕੀ ਜੀ, ਅਤੇ ਹਵਾ ਬਹੁਤ ਚੱਲ ਰਹੀ ਹੈ, ਅਤੇ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ। ਕਿੱਦਾਂ ਦਾ ਫੀਲ ਕਰ ਰਹੇ ਹੋ ਜੀ ਤੁਸੀਂ ਦੱਸੋ? ਠੰਡ ਬਹੁਤ ਆ ਯਾਰ, ਬਹੁਤ ਜ਼ਿਆਦਾ ਠੰਡ ਹੈ, ਮੇਰੇ ਹੱਥ ਪੂਰੇ ਕੀ ਕਹਿੰਦੇ ਉਹਨੂੰ ਸੁੰਨ ਪੈ ਗਏ। ਹਾਂ ਜੀ ਸੁੰਨ ਪੈ ਗਏ ਜੀ ਹੱਥ, ਅਤੇ ਤੁਹਾਨੂੰ ਮਿਲਦੇ ਹਾਂ ਜਿੰਮ ਦੇ ਵਿੱਚ ਜਾ ਕੇ ਜੀ, ਅਤੇ ਦੇਖਦੇ ਰਹੋ ਜੀ CHD ਬੋਇਜ਼। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦੇ। ਮੈਂ ਰਣਜੀਤ ਸਿੰਘ, ਅਤੇ ਮੈਂ ਆਇਆ ਜੀ ਅੱਜ ਕੰਮ 'ਤੇ, ਅਤੇ ਹੁਣ ਲੱਗੀ ਆ ਸਾਨੂੰ ਭੁੱਖ, ਅਤੇ ਕੁਛ ਬਣਾਉਣ ਲੱਗਿਆ ਜੀ ਗੋਲਡੇ, ਅਤੇ ਸਾਡਾ ਧੱਕਾ ਚੱਲਦਾ ਜੀ ਕਿਚਨ 'ਚ, ਅਤੇ ਅਸੀਂ ਬਸ ਹੁਣ ਮੌਜਾਂ ਮਾਰ ਰਹੇ ਹਾਂ ਜੀ, ਬਹੁਤ ਅੱਗੇ ਬੈਠੇ ਆਰਾਮ ਨਾਲ ਆਪਣਾ, ਅਤੇ ਅਸੀਂ ਕਿਚਨ 'ਚ ਅਸੀਂ ਬੇਸਿਕਲੀ ਜੀ ਨੋਰਮਲ ਜਗ੍ਹਾ 'ਚ ਕੰਮ ਕਰਦੇ ਹਾਂ, ਇੱਕ ਰੈਸਟੋਰੈਂਟ ਹੈ ਨੋਰਮਲ ਜਿਹਾ, ਅਤੇ ਸਾਨੂੰ ਮੌਕਾ ਮਿਲਿਆ ਸੀਗਾ ਜੀ ਆਪਣਾ
ਮੈਗਡੀ ਤੇ ਹੋਰ ਜਗ੍ਹਾ ਵੀ ਕੰਮ ਕਰਨ ਦਾ ਬਟ ਅਸੀਂ ਰਿਫਿਊਜ਼ ਕਰਕੇ ਇੱਥੇ ਆਏ ਬਿਕੋਜ਼ ਉੱਥੇ ਨੋਨ ਵੈਜ ਜ਼ਿਆਦਾ ਹੈ ਅਤੇ ਨਾਲੇ ਜੰਕ ਫੂਡ ਮਿਲਦਾ ਅਤੇ ਇੱਥੇ ਵਧੀਆ ਜੀ ਆਰਾਮ ਨਾਲ ਆਪਣਾ ਵਧੀਆ ਚੀਜ਼ਾਂ ਖਾਓ ਆਰਾਮ ਨਾਲ ਕੋਈ ਚੱਕਰ ਨਹੀਂ ਅਤੇ ਅਸੀਂ ਤਾਂ ਇੱਥੇ ਲੱਗੇ ਹਾਂ ਵਧੀਆ ਮਜ਼ਾ ਆਉਂਦਾ ਜੀ ਅਤੇ ਆਹ ਦੇਖੋ ਜੀ ਬੋਲ ਸਾਡੇ ਅੱਗੇ ਆ ਨਹੀਂ ਹੈਗਾ ਜੀ ਝਾੜੂ ਅਸੀਂ ਲਾਨੇ ਸਾਰਾ ਕੁਛ ਕਰਦੇ ਜੀ ਅਸੀਂ ਵੀ ਆਰ ਆਲ ਰਾਊਂਡਰ ਤੇ ਅਸੀਂ ਆਲ ਰਾਊਂਡਰ ਜੀ ਇੱਥੇ ਸਾਰਾ ਕੁਛ ਕਰ ਲੈਂਦੇ ਹਾਂ ਤੇ ਬਸ ਹੁਣ ਥੋੜ੍ਹਾ ਬਹੁਤਾ ਔਡਰ ਵੀ ਲੈ ਲੈਂਦੇ ਫਰੈਂਚ 'ਚ ਜਾ ਕੇ ਅੱਗੇ ਕਦੇ ਕਦੇ ਅਤੇ ਬਾਕੀ ਵਧੀਆ ਚੱਲ ਰਿਹਾ ਜੀ ਸਭ ਕੁਛ ਅਤੇ ਸੋਚਿਆ ਨਹੀਂ ਸੀ ਕਦੇ ਸ਼ੈੱਫ ਬਣਾਂਗੇ ਇੱਥੇ ਆ ਕੇ ਲੇਕਿਨ ਕੈਨੇਡਾ ਦਿਸ ਇਜ਼ ਕੈਨੇਡਾ ਅਤੇ ਕੈਨੇਡਾ ਸਭ ਕੁਛ ਬਣਾ ਲੈਂਦਾ ਜੀ ਤੁਹਾਨੂੰ ਜੋ ਜੋ ਕੰਮ ਤੁਸੀਂ ਇੰਡੀਆ 'ਚ ਕਦੇ ਕੀਤਾ ਨਹੀਂ ਹੋਣਾ ਅਤੇ ਇੱਥੇ ਆ ਕੇ ਤੁਹਾਨੂੰ ਕਰਨਾ ਪੈਂਦਾ ਲੇਕਿਨ ਮਜ਼ਾ ਆਉਂਦਾ ਜੀ ਕਰਨ 'ਚ ਨਿਊ ਨਿਊ ਚੀਜ਼ਾਂ ਇੱਥੇ ਮਿਲਦੀਆਂ ਜੀ ਕਰਨ ਨੂੰ ਅਤੇ ਨਵੀਂ ਨਵੀਂ ਚੀਜ਼ਾਂ ਮਿਲਦੀਆਂ ਜੀ ਟਰਾਈ ਕਰਨ ਨੂੰ ਜਿਵੇਂ ਸੋ ਜੀ ਮੈਂ ਬਣਾਉਣ ਲੱਗਾ ਹੁਣ ਸਿੰਗਾਪੁਰੀ ਨੂਡਲ ਅਤੇ ਇਹਦੇ ਵਿੱਚ ਅਸੀਂ ਐਡ ਕੀਤਾ ਹੈ ਆਪਣਾ ਅਨੀਅਨ ਅਤੇ ਲਿਟਲ ਬਿਟ ਆਫ ਗਾਰਲਿਕ ਕਾਫੀ ਵਧੀਆ ਟੇਸਟ ਆਉਂਦਾ ਜੀ ਗਾਰਲਿਕ ਦਾ ਅਤੇ ਇਹਨੂੰ ਥੋੜ੍ਹਾ ਜਿਹਾ ਸੋਟੇ ਕਰਾਂਗੇ ਬਰਾਊਨ ਕਰਕੇ ਅਤੇ ਇਹਦੇ ਵਿੱਚ ਅਸੀਂ ਪਾਵਾਂਗੇ ਕੁਆਰਟ ਅਤੇ ਕੋਲੀਫਲਾਰ ਅਤੇ ਦੈਨ ਵੀ ਮਤਲਬ ਇਸ ਤੋਂ ਬਾਅਦ ਅਸੀਂ ਐਡ ਕਰਦੇ ਹਾਂ ਜੀ ਐੱਗ ਐੱਗ ਦੇ ਨਾਲ ਕਾਫੀ ਵਧੀਆ ਇਹਦਾ ਟੇਸਟ ਆਉਂਦਾ ਲਾਈਕ ਕਾਫੀ ਵਧੀਆ ਟੈਕਸਚਰ ਆ ਜਾਂਦਾ ਜੀ ਨਿਊਡਲ ਦਾ ਅਤੇ ਦੈਨ ਇਸ ਤੋਂ ਬਾਅਦ ਐਡ ਕਰਦੇ ਹਾਂ ਅਸੀਂ ਸੂਪ ਅਤੇ ਉਸ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਇੱਕ ਆਪਣਾ ਵਧੀਆ ਸੋਟੇ ਕਰਕੇ ਦੈਨ ਵਧੀਆ ਤਰੀਕੇ ਨਾਲ ਕਰਨ ਤੋਂ ਬਾਅਦ ਫਿਰ ਅਸੀਂ ਐਡ ਕਰਦੇ ਹਾਂ ਇਹਦੇ ਵਿੱਚ ਐੱਗ ਦੈਨ ਐੱਗ ਤੋਂ ਬਾਅਦ ਇਸ ਤੋਂ ਬਾਅਦ ਯੂਜ਼ ਕਰਾਂਗੇ ਅਸੀਂ ਆਪਣਾ ਸੂਪ ਅਤੇ ਦੈਨ ਆਪਾਂ ਯੂਜ਼ ਕਰਨੀ ਆ ਇਹਦੀ ਨੂਡਲਸ ਅਤੇ ਨੂਡਲ ਇਹਦੀ ਦੋ ਤਰੀਕੇ ਨਾਲ ਯੂਜ਼ ਕਰਦੇ ਹਾਂ ਜੀ ਅਸੀਂ ਇੱਥੇ ਉਹਦੇ ਵਿੱਚ ਇੱਕ ਨੋਰਮਲੀ ਸੂਪ ਦੇ ਵਿੱਚ ਅਤੇ ਦੈਨ ਆ ਸਿੰਗਾਪੁਰੀ ਨੂਡਲ ਦੇ ਵਿੱਚ ਅਤੇ ਆਹ ਸਿੰਗਾਪੁਰੀ ਨੂਡਲ ਬਣਾ ਰਿਹਾ ਜੀ ਮੈਂ ਆਹ ਹੈਗੀ ਸਿੰਗਾਪੁਰੀ ਨੂਡਲ ਆਹ ਥੋੜ੍ਹੀ ਥਿਨ ਹੁੰਦੀ ਹੈ ਜੀ ਐਸ ਕੰਪੇਅਰ ਟੂ ਪਤਾਈ ਤੁਹਾਨੂੰ ਪਤਾਈ ਵੀ ਦਿਖਾਊਂਗਾ ਜੀ ਮੈਂ ਕਿਵੇਂ ਬਣਦੀ ਹੈ ਅਤੇ ਆਹ ਮੈਂ ਐਡ ਕੀਤਾ ਜੀ ਇਹਦੇ ਵਿੱਚ ਚੌਪਸ ਵੀ ਅਤੇ ਚੌਪਸ ਵੀ ਕਾਫੀ ਵਧੀਆ ਹੁੰਦੀ ਹੈ ਜੀ ਇੱਕ ਲਾਈਕ ਚਾਈਨੀਜ਼ ਫੂਡ ਚਾਈਨੀਜ਼ ਲਾਈਕ ਵੈਜੀਟੇਬਲ ਕਹਿ ਸਕਦੇ ਜੀ ਇਹਨੂੰ ਇੰਡੀਆ 'ਚ ਮੇ ਬੀ ਆਈ ਥਿੰਕ ਮਿਲਦਾ ਨਹੀਂ ਮਿਲਦਾ ਮੈਂ ਕਦੇ ਟਰਾਈ ਨਹੀਂ ਕੀਤਾ ਆਹ ਮੈਂ ਯੂਜ਼ ਕੀਤਾ ਜੀ ਕੜੀ ਪਾਊਡਰ ਅਤੇ ਦੈਨ ਸੋਇਆ ਸੋਸ ਦਿਸ ਸੋਇਆ ਸੋਸ ਥੋੜ੍ਹੀ ਸੋਲਟੀ ਹੁੰਦੀ ਹੈ ਕਲਰਡ ਨਹੀਂ ਹੁੰਦੀ ਹੈ ਇਸ ਤੋਂ ਬਾਅਦ ਮੈਂ ਯੂਜ਼ ਕੀਤਾ ਸੋਲਟ ਅਤੇ ਇਹ ਚਾਈਨੀਜ਼ ਦਾ ਹੈਗਾ ਜੀ ਇੱਕ ਜਿਹੜਾ ਸਭ ਤੋਂ ਇੱਧਰ ਪਿਆ ਲੈਫਟ ਹੈਂਡ ਸਾਈਡ 'ਤੇ ਮੈਜਿਕ ਪਾਊਡਰ ਕਹਿੰਦੇ ਜੀ ਸਾਡੇ ਬੋਸ ਇਹਨੂੰ ਅਤੇ ਕਾਫੀ ਵਧੀਆ ਨੋਰਮਲ ਟੇਸਟ ਹੈ ਅਤੇ ਬਸ ਇਸ ਤੋਂ ਬਾਅਦ ਸਾਰੀ ਲਾਈਕ ਆਹੀ ਚੀਜ਼ਾਂ ਪੈਂਦੀਆਂ ਨੇ ਇਹਦੇ ਵਿੱਚ ਅਤੇ ਇਹਨੂੰ ਸੋਟੇ ਕਰੋ ਅਤੇ ਆਹ ਹੈਗੀ ਜੀ ਸ਼੍ਰਿਮ ਸਿੰਗਾਪੁਰੀ ਨੂਡਲ ਅਤੇ ਇਸ ਤੋਂ ਬਾਅਦ ਮੈਂ ਸ਼੍ਰਿਮ ਐਡ ਕਰੂੰਗਾ ਉਹ ਮੈਂ ਆਪਣਾ ਫਰਾਈ ਕਰ ਲਏ ਸੀਗੇ ਫਰਾਈਡ ਦੇ ਵਿੱਚ ਅਤੇ ਉਹ ਪਏ ਆ ਸਾਈਡ 'ਤੇ ਦੈਨ ਆਫਟਰ ਇਸ ਤੋਂ ਬਾਅਦ ਮੈਂ ਇਹਨੂੰ ਐਡ ਕਰ ਦਾਂਗਾ ਇਹਦੇ ਵਿੱਚ ਅਤੇ ਤੁਹਾਨੂੰ ਲਾਸਟ 'ਚ ਦਿਖਾਉਣਾ ਹਾਊ ਇਟ ਲੁੱਕਸ ਲਾਈਕ ਦੇਖੋ ਅਤੇ ਆਹ ਵੀਡੀਓ ਦਾ ਪਾਉਣ ਦਾ ਮੇਰਾ ਮਕਸਦ ਇਹ ਸੀਗਾ ਮੈਂ ਤੁਹਾਨੂੰ ਦਿਖਾ ਸਕਾਂ ਕਿ ਜੀ ਅਸੀਂ ਜੋ ਜੋ ਇੱਥੇ ਕਰਦੇ ਹਾਂ ਅਤੇ ਉਹ ਮੈਂ ਤੁਹਾਨੂੰ ਦਿਖਾ ਸਕਾਂ ਅਤੇ ਲਾਈਫ ਇੱਥੇ ਬਹੁਤ ਵਧੀਆ ਜੀ ਆਓ ਕੰਮ ਕਰੋ ਤੁਹਾਨੂੰ ਹਰ ਜਗ੍ਹਾ ਕੁਛ ਨਿਆ ਹੀ ਕਰਨ ਨੂੰ ਮਿਲੇਗਾ ਅਤੇ ਸਿੱਖਣ ਨੂੰ ਮਿਲੇਗਾ ਸੋ ਕੀਪ ਇਟ ਅਪ ਐਂਡ ਕੀਪ ਗਰੋਇੰਗ ਦੈਟਸ ਇਟ ਕੰਮ ਤੋਂ ਘਰ ਜਾ ਰਹੇ ਹਾਂ ਅਤੇ ਸਪੋਰਟ ਕਰਦੇ ਰਹੋ ਤੁਹਾਨੂੰ ਬਹੁਤ ਚੀਜ਼ਾਂ ਦਿਖਾਊਂਗਾ ਮੋਂਟਰੀਅਲ ਦੀ ਬਸ ਅੱਛਾ ਰਿਸਪੋਂਸ ਆ ਜਾਏ ਅਤੇ ਆਈ ਡੂ ਬੈਟਰ ਯੂ ਨੋ ਅਤੇ ਲੈਟਸ ਸੀ ਟੇਕ ਕੇਅਰ ਬਾਏ